ਇਹ ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣ ਹਫਤੇ ਦੇ ਵਿੱਚ ਤਿੰਨ ਦਿਨ ਮਿਲਿਆ ਕਰੇਗੀ ਛੁੱਟੀ ਸਿਰਫ ਇੰਨੇ ਦਿਨ ਕਰਨਾ ਪਵੇਗਾ ਕੰਮ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮੁਲਾਜ਼ਮਾਂ ਦੇ ਲਈ ਇੱਕ ਚੰਗੀ ਖਬਰ ਹੈ ਹੁਣ ਉਹਨਾਂ ਨੂੰ ਕੰਮ ਦੇ ਘੰਟੇ ਤੇ ਦਿਨ ਵਿੱਚ ਰਾਹਤ ਮਿਲ ਸਕਦੀ ਹੈ ਦਰਅਸਲ ਮਜ਼ਦੂਰੀ ਸਮਾਜਿਕ ਸੁਰੱਖਿਆ ਕਾਰੋਬਾਰੀ ਸਬੰਧਤ ਅਤੇ ਵਪਾਰ ਸੁਰੱਖਿਆ ਤੇ ਸਿਹਤ ਕੰਮ ਕਰਨ ਦੀ ਸਥਿਤੀ ਦੇ ਚਾਰ ਲੇਬਲ ਕੋਡਾਂ ਨੂੰ ਅਗਲੇ ਵਿੱਤ ਸਾਲ 2022-23 ਤੱਕ ਲਾਗੂ ਕੀਤੇ ਜਾਣ ਦੀ ਸੰਭਾਵਨਾ ਇਹ ਜਾਣਕਾਰੀ ਦਿੰਦੇ ਹੋਏ ਇੱਕ ਉੱਗੇ ਅਧਿਕਾਰੀ ਨੇ ਦੱਸਿਆ ਹੈ ਕਿ ਘੱਟੋ-ਘੱਟ 13 ਸੂਬਿਆਂ ਦੇ ਵਿੱਚ ਇਨ੍ਹਾਂ ਕਾਨੂੰਨਾਂ ਦੇ ਡਰਾਫਟ ਰੂਲਸ ਨੂੰ ਤਿਆਰ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਦਿੱਤੇ ਨਿਯਮਾਂ ਨੂੰ ਅੰਤਮ ਰੂਪ ਕੇਂਦਰ ਦੇ ਵੱਲੋਂ ਇਨ੍ਹਾਂ ਕੋਡ ਤਹਿਤ ਨਿਯਮਾਂ ਨੂੰ ਅੰਤਮ ਰੂਪ ਤੇ ਦਿੱਤਾ ਗਿਆ ਹੁਣ ਸੂਬਿਆਂ ਬੰਨੇ ਆਪਣੇ ਵੱਲੋਂ ਨਿਜਮ ਬਣਾਏ ਹੋਏ ਹਨ ਕਿਉਂਕਿ ਲੇਬਰ ਸਮਰਵਰਤੀ ਸੂਚੀ ਦਾ ਵਿਸ਼ਾ ਹੈ ਅਧਿਕਾਰੀ ਨੇ ਕਿਹਾ ਕਿ ਚਾਰ ਲੇਬਰ ਕੋਡ ਦੇ ਅਗਲੇ ਵਿੱਤ ਸਾਲ ਵਿੱਚ ਲਾਗੂ ਹੋਣ ਦੀ ਸੰਭਾਵਨਾ ਅਧਿਕਾਰੀ ਨੇ ਕਿਹਾ ਚਾਰ ਲੇਬਰ ਕੋਡ ਅਗਲੇ ਵਿੱਤ ਸਾਲ 2022-23 ਦੇ ਵਿੱਚ ਲਾਗੂ ਹੋਣ ਦੀ ਸੰਭਾਵਨਾ ਕਿਉਂਕਿ ਵੱਡੀ ਗਿਣਤੀ ਵਿੱਚ ਸੂਬਿਆਂ ਨੇ ਇਹਨਾਂ ਦੇ ਡਰਾਫਟ ਰੂਲਸ ਨੂੰ ਅੰਤਮ ਰੂਪ ਦਿੱਤਾ ਹੈ ਕੇਂਦਰ ਦੇ ਫਰਵਰੀ 2021 ਦੇ ਵਿੱਚ ਇਹਨਾਂ ਕੋਡਾਂ ਦੇ ਡਰਾਫਟ ਰੂਲਸ ਨੂੰ ਅੰਤਮ ਰੂਪ ਦੇਣ ਦੀ ਪ੍ਰਕਿਰਿਆ ਪੂਰੀ ਕਰ ਲਈ ਸੀ ਪਰ ਕਿਉਂਕਿ ਲੇਬਰ ਇੱਕ ਸਮਵਰਤੀ ਵਿਸ਼ਾ ਇਸ ਲਈ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸੂਬੇ ਵੀ ਇਸ ਨੂੰ ਇਕੱਠਿਆਂ ਵਾਂਗੂ ਲਾਗੂ ਕਰਨ ਹਫਤੇ ਦੇ ਵਿੱਚ ਮਿਲੇਗੀ 3 ਦਿਨ ਦੀ ਛੁੱਟੀ ਜਾਣਕਾਰੀ ਦੇ ਮੁਤਾਬਕ ਨਵੇਂ ਡਰਾਫਟ ਕਾਨੂੰਨ ਵਿੱਚ ਰੋਜ਼ਾਨਾ ਕੰਮਕਾਜ ਦੇ ਵੱਧ ਤੋਂ ਵੱਧ ਘੰਟਿਆਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਹੈ ਹਾਲਾਂਕਿ ਹਫਤੇ ਦੇ ਵਿੱਚ 48 ਘੰਟੇ ਹੀ ਕੰਮ ਕਰਨਾ ਹੋਵੇਗਾ ਜੇਕਰ ਕੋਈ ਵਿਅਕਤੀ ਰੋਜ਼ਾਨਾ 8 ਘੰਟੇ ਕੰਮ ਕਰਦਾ ਤਾਂ ਉਸ ਨੂੰ ਹਫਤੇ ਵਿੱਚ 6 ਦਿਨ ਕੰਮ ਕਰਨਾ ਹੋਵੇਗਾ ਜਦਕਿ 12 ਘੰਟੇ ਕੰਮ ਕਰਨ ਵਾਲੇ ਵਿਅਕਤੀ ਨੂੰ ਹਫਤੇ ਦੇ ਵਿੱਚ 4 ਦਿਨ ਕੰਮ ਕਰਨਾ ਹੋਵੇਗਾ ਦੂਜੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਇਸ ਕਾਨੂੰਨ ਦੇ ਲਾਗੂ ਹੋਣ ਤੇ ਮੁਲਾਜ਼ਮਾਂ ਨੂੰ ਇੱਕ ਜਾਂ ਦੋ ਦਿਨ ਦੀ ਥਾਂ ਹਫਤੇ ਦੇ ਵਿੱਚ 3 ਦਿਨ ਦੀ ਛੁੱਟੀ ਮਿਲ ਸਕਦੀ ਹੈ ਨਵਾਂ ਕਾਨੂੰਨ ਲਾਗੂ ਹੋਣ ਦੇ ਨਾਲ ਘਟ ਜਾਵੇਗੀ ਟੇਕ ਹੋਮ ਸੈਲਰੀ ਗੌਰਤਲਬਾ ਕਿ ਨਵੇਂ ਲੇਬਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਥ ਵਿੱਚ ਆਉਣ ਵਾਲੀ ਤਨਖਾਹ ਘਟ ਜਾਵੇਗੀ ਨਵੇਂ ਡਰਾਫਟ ਰੂਲਸ ਦੇ ਮੁਤਾਬਕ ਬੇਸਿਕ ਸੈਲਰੀ ਕੁੱਲ ਤਨਖਾਹ ਦੀ 50% ਜਾਂ ਜ਼ਿਆਦਾ ਹੋਣੀ ਚਾਹੀਦੀ ਹੈ ਜਿਸ ਨਾਲ ਜ਼ਿਆਦਾਤਰ ਮੁਲਾਜ਼ਮਾਂ ਦੇ ਸੈਲਰੀ ਸਟਰਕਚਰ ਦੇ ਵਿੱਚ ਬਦਲਾਅ ਆਵੇਗਾ ਬੇਸਿਕ ਸੈਲਰੀ ਬਤਨ ਦੇ ਨਾਲ ਪੀਐਫ ਤੇ ਗ੍ਰੈਚੂਇਟੀ ਲਈ ਕੱਟਣ ਵਾਲਾ ਫੈਸਲਾ ਵੱਧ ਜਾਵੇਗਾ ਧੰਨਵਾਦ